वेलकम है जिहड़ा सारिआं दा अपने एक होर नवें व्लॉग दे विच। अज आपां मित्रो ट्रैक्टर दे थल्ले करनी है लाइटिंग, घर ही करांगे आपां। ते ऐतकी आपां लाइटिंग दा सिरा करा देना पूरा, है ना, सारी ला देनी थल्ले डब्बे डुब्बे सारे पासियां नाल लाइटां लूटां। ते चलो किहड़ा हुण आपां लै के आउणे लाइटां, पतासा लाइट तुहानूं मैं दिखाऊंगा किन्ने प्राइस हुंदा उहदा, की हिसाब किताब हुंदा, किन्नियां लाउणियां ने, सारा कुछ तुहानूं दिखावांगे। चलो फिर किहड़ा चलदे आं संदौड़ ते हनी तों आपां लाइटां फट के लिआउणे। ठीक आ, मैं 1000 रुपए दीआं लाइटां लै के आऊँगा। 1000 रुपए दीआं वाधू होणगीआं, पतासे मेरे हिसाब नाल वाधू हुंदे हैगे, ते मेरे हिसाब नाल 15 या 20 दा इक होणा उह, है ना। ਅਤੇ ਬਾਕੀ ਚਲੋ ਫਿਰ ਉੱਥੇ ਜਾ ਕਰਦੇ ਹਾਂ ਗੱਲਬਾਤ। ਆਪਾਂ ਕੋਲ ਆਪਣੇ ਕੋਲ ਥੋੜ੍ਹੇ ਜਿਹੇ ਪਏ ਵੀ, ਹੈ ਨਾ, ਇੱਕ 3M ਦਾ ਰੋਲ ਲਿਆਵਾਂਗੇ ਆਪਾਂ, 3M ਨਾਲ ਵਧੀਆ ਲੱਗ ਜਾਂਦੇ ਹੈਗੇ। ਮੈਂ ਹਨੀ ਨੂੰ ਫੋਨ ਕਰਤਾ ਸੀ, ਉਹ ਕਹਿੰਦਾ ਪਏ ਹੈਗੇ, ਆ ਜਾ ਲੈ ਜਾ। ਅਤੇ ਚਲੋ ਫਿਰ ਆਪਾਂ ਲੈ ਕੇ ਆਉਂਦੇ ਹਾਂ ਫੜ ਕੇ ਪਤਾਸੇ। ਲਓ ਜੀ, ਮੋਟਰਸਾਈਕਲ 'ਚ ਤੇਲ ਘੱਟ ਸੀ, ਇਸ ਕਰਕੇ ਮੈਂ ਉਰੇ ਖੜਾਤੇ, ਅਤੇ ਬਾਕੀ ਚਾਚਾ ਮੈਂ ਸਕੂਟਰੀ ਲੈ ਕੇ ਚੱਲਿਆ। ਓਕੇ ਚਲੋ ਕਿਹ ਸਕੂਟਰੀ ਲੈ ਕੇ ਚੱਲੀਏ ਅਤੇ ਪਹੁੰਚੀਏ ਸੰਦੌੜ, ਲਾਈਟਾਂ ਫੜ ਕੇ ਲਿਆਈਏ, ਇਹਨੂੰ ਰੀਖੜਾ ਆਉਂਦੇ ਹਾਂ, ਹੈ ਨਾ, ਫਿਰ ਲੈ ਜਾਵਾਂਗੇ ਜਾਣ ਲੱਗੇ। ਲਓ ਵੀ ਮਿੱਤਰ, ਸਦੌੜ ਤਾਂ ਆਪਾਂ ਜਾ ਵੀ ਆਏ ਅਤੇ ਆਪਾਂ ਨੂੰ ਪ੍ਰਦੀਪ ਮਿਲ ਗਿਆ ਸੀਗਾ ਨਵਾਂ ਸਪਲੈਂਡਰ, ਕਿਆ ਬਾਤ ਹੈ, ਚਾਬੀ ਤਾਂ ਕੱਟ ਦੇ। ਅਤੇ ਆਪਾਂ ਲਾਈਟਾਂ ਲਿਆਉਂਦੀਆਂ, ਦੇਖੋ ਲਿਫਾਫੇ 'ਚ ਨੇ ਸਾਰੀਆਂ, ਘਰ ਚੱਲ ਕੇ ਦਿਖਾਉਣਾ ਤੁਹਾਨੂੰ ਮੈਂ। ਅਤੇ ਬਾਕੀ ਉੱਥੇ ਮੈਂ ਵਲੋਗ ਕਰਨਾ ਭੁੱਲ ਗਿਆ ਸੀਗਾ, ਅਤੇ ਉੱਥੇ ਕੱਠ ਜਿਹਾ ਬੜਾ ਸੀਗਾ ਯਾਰ, ਗਾਹ ਜਿਹਾ ਬੜਾ ਪੈਂਦਾ ਸੀ, ਮੈਂ ਕਿਹਾ ਚਲ ਛੱਡ, ਹੈ ਨਾ। ਚਲੋ ਹੁਣ ਆਪਾਂ ਘਰੇ ਚੱਲਦੇ ਹਾਂ, ਬਾਈਕ ਹੀ ਲੈ ਚੱਲਦੇ ਹਾਂ, ਸਕੂਟਰੀ ਖੜਾਤੀ ਚਾਚੇ ਨੂੰ ਦੇਤੀ। ਫਿਰ ਮਿੱਤਰੋ ਘਰ ਆ ਗਏ ਸੀਗੇ, ਅਤੇ ਲਾਈਟਾਂ ਹੁਣ ਮੈਂ ਤੁਹਾਨੂੰ ਖੋਲ੍ਹ ਕੇ ਦਿਖਾਉਣਾ। ਮੈਂ ਪੀਲੀਆਂ ਅਤੇ ਹਰੀਆਂ ਦੋਨੀ ਮਿਕਸ ਜੀਆਂ ਲਿਆਇਆ, ਬਾਕੀ ਆਪਣੇ ਲਈ ਪਈਆਂ ਵੀ ਨੇ, ਮੈਂ 100 ਪੀਸ ਲਿਆਇਆ, ਹੈ ਨਾ। ਅਤੇ ਤੁਹਾਨੂੰ ਮੈਂ ਖੋਲ੍ਹਦਾ ਇੱਕ ਮਿੰਟ। ਹੈਲੋ ਜੀ, ਦੇਖੋ ਤੁਸੀਂ ਕਿੰਨੀਆਂ ਲਾਈਟਾਂ, ਅਤੇ ਹੋਰ ਵੀ ਤੁਹਾਨੂੰ ਮੈਂ ਦਿਖਾਉਣਾ, ਕੱਢ ਕੇ ਲਿਆਉਣਾ ਇੱਧਰ ਨੂੰ। ਲਓ ਵੀ ਮਿੱਤਰੋ, ਨਵੀਆਂ ਲਾਈਟਾਂ, ਪਤਾ ਆਪਾਂ ਕਿੰਨੀਆਂ ਲੈ ਕੇ ਆਏ ਸੀਗੇ, ਇੱਕ ਮਿੰਟ ਮੈਂ ਤੈਨੂੰ ਦਿਖਾਉਣਾ, ਹੈ ਨਾ। ਨਵੀਆਂ ਲਾਈਟਾਂ ਆਪਾਂ ਇੰਨੀਆਂ ਕੁ ਲੈ ਕੇ ਆਏ ਹਾਂ, ਹੈ ਨਾ। ਅਤੇ ਆਹ ਪਈਆਂ ਨੇ ਜੀ ਪੁਰਾਣੀਆਂ, ਕਿਆ ਬਾਤ ਹੈ, ਕਾਫੀ ਪਈਆਂ ਨੇ, ਅਤੇ ਜਿੰਨੀਆਂ ਨਵੀਆਂ ਲੈਂਦੇ ਉਨੀਆਂ ਪੁਰਾਣੀਆਂ ਪਈਆਂ, ਜਾਣੀ ਕਿ 100 ਲਾਈਟਾਂ 100 ਆ 200 ਪੀਸ ਹੋ ਗਏ ਸਾਰੇ, 200 ਪੀਸ ਆਪਾਂ ਟਰੈਕਟਰ ਦੇ ਥੱਲੇ ਥੱਲੇ ਲਾ ਦੇਣਾ। ਅੱਜ ਸਾਰੀ ਰਾਤ ਲਾ ਕੇ ਚਾਹੇ ਲਾਉਣੇ ਪੈਣ, ਪਰ ਅੱਜ ਫਿੱਟ ਕਰ ਦੇਣੇ ਆਪਾਂ ਸਾਰੇ। ਅਤੇ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਾਫ਼ ਸਫਾਈ ਕਰਨੀ ਪਊ, ਆਹ ਦੇਖੋ ਤੁਸੀਂ, ਆਹ ਪੁਰਾਣੇ ਨੇ ਨਾ, ਇਹਨਾਂ 'ਤੇ ਕਾਲਾ ਜੀ ਲੱਗੇ ਹੋਏ, ਜਾਣੀ ਕਿ ਮਿੱਟੀ ਵੀ ਚੱਪਕੀ ਹੋਈ ਆ, ਇਹ ਸਾਫ਼ ਕਰਨੇ ਪੈਣਗੇ, ਠੀਕ ਆ। ਨਵਿਆਂ ਤੋਂ ਆਪਾਂ ਆਹ ਵਾਲੀ ਜਿਹੜੀ ਟੇਪ ਆ, ਡੁਪਲੀਕੇਟ ਟੇਪ, ਆਹ ਵਾਲੀ ਲਾ ਦੇਣੀ ਆ, ਅਤੇ ਇਹਨਾਂ 'ਤੇ ਆਪਾਂ 3M ਲਾਵਾਂਗੇ, ਠੀਕ ਆ ਜੀ। 3M ਲਾ ਕੇ ਇਹਨਾਂ ਨੂੰ ਓਕੇ ਰਿਪੋਰਟ ਕਰਦੇ, ਇਹਨਾਂ ਨੂੰ ਓਕੇ ਰਿਪੋਰਟ ਕਰਦੇ, ਫਿਰ ਇਹਨਾਂ ਹੀ ਕਰਾਂਗੇ ਆਪਾਂ ਵਾਇਰਿੰਗ, ਠੀਕ ਆ। ਵਾਇਰਿੰਗ ਮੇਨ ਹੁੰਦੀ ਆ, ਵਾਇਰਿੰਗ 'ਤੇ ਆਪਾਂ ਟੇਪਿੰਗ ਕਰਾਂਗੇ ਚੰਗੀ ਤਰੀਕੇ ਨਾਲ, ਠੀਕ ਆ, ਅਤੇ ਉਹ ਵੀ ਤੁਸੀਂ ਦੇਖ ਲਿਓ। ਵੈਸੇ ਆਪਣੀ ਵੀਡੀਓਜ਼ 'ਚ ਪਹਿਲਾਂ ਤੁਸੀਂ ਦੇਖਿਆ ਹੀ ਹੋਊਗਾ ਵੀ ਆਪਾਂ ਲਾਈਟਾਂ ਕਿੱਦਾਂ ਫਿੱਟ ਕਰਦੇ, ਉਹਦਾ ਤੁਹਾਨੂੰ ਪਤਾ ਹੀ ਆ ਨਾ ਪ੍ਰੋਸੀਜਰ ਸਾਰਾ, ਵੀ ਥੱਲੇ ਚਿਪਕਾ ਦੇਣੀਆਂ ਨੇਗੀਆਂ। ਅਤੇ ਬਾਕੀ ਵਾਇਰਿੰਗ ਦਾ ਦੱਸੂੰਗਾ ਅੱਜ ਮੈਂ ਤੁਹਾਨੂੰ, ਹੈ ਨਾ, ਵੀ ਵਾਇਰਿੰਗ ਬਹੁਤ ਥਾਵਾਂ ਲੈ ਕੇ ਆਉਣੀ ਪੈਂਦੀ ਆ, ਅਤੇ ਉਹ ਪੈਪ ਜਿਹਾ ਵੀ ਪਾਉਣਾ ਪੈਂਦਾ, ਪੈਪ ਮੈਂ ਲੈ ਕੇ ਨਹੀਂ ਆਇਆ ਹੈਗਾ, ਪੈਪ ਕੱਲ੍ਹ ਨੂੰ ਲਿਆ ਕੇ ਪਾ ਦਾਂਗੇ ਉਹਨਾਂ 'ਤੇ ਵਾਇਰਿੰਗ 'ਤੇ। ਅਤੇ ਫਿਲਹਾਲ ਮੈਂ ਹੁਣ ਲੱਗਿਆ ਜੀ ਇਹਨਾਂ ਨੂੰ ਉਹ ਕਰਨ, ਅਤੇ ਮੂਹਰੇ ਤਾਂ ਜੀ ਐਤਕੀ ਲੱਗਣੀਆਂ ਲਾਈਟਾਂ, ਇਹਦੇ ਬੰਪਰ ਥੱਲੇ ਤਾਂ, ਕਿਉਂਕਿ ਅੱਜ ਆਪਾਂ ਥੱਲੇ ਉਹ ਬੰਦ ਕਰਾਇਆ, ਹੈ ਨਾ, ਚਾਦਰ ਲਵਾ ਕੇ, ਤਾਂ ਕਰਕੇ ਲਾਈਟਾਂ ਲੱਗਣੀਆਂ ਹੈ ਨਹੀਂ। ਅਤੇ ਮੈਂ ਸੋਚਿਆ ਵੀ ਰੈੱਡ ਬਲਿਊ ਲਾ ਕੇ ਆਪਾਂ ਇੱਥੇ ਇੱਕ ਯੈਲੋ ਇੱਕ ਗ੍ਰੀਨ, ਇੱਕ ਯੈਲੋ ਇੱਕ ਗ੍ਰੀਨ, ਐਂ ਲਾ ਦਿੰਦੇ ਸਾਰੇ, ਵੀ ਉਹਦੇ ਨਾਲ ਲਿਸ਼ਕੋਰ ਪਿਆ ਕਰੂਗੀ, ਅਤੇ ਉਹ ਇਹਨਾਂ ਨਾਲ ਆਪਾਂ ਚੱਲਦੀਆਂ ਕਰ ਦਾਂਗੇ, ਹੈ ਨਾ। ਅਤੇ ਇੱਦਾਂ ਹੀ ਕਰਾਂਗੇ, ਆਹ ਰੈੱਡ ਬਲਿਊ ਲਾ ਦਾਂਗੇ ਆਪਾਂ, ਇਹ ਮੋਟਰਸਾਈਕਲ ਦੇ ਲਾ ਦਈਏ, ਹੈਂ, ਰੈੱਡ ਬਲਿਊ ਮੋਟਰਸਾਈਕਲ ਦੇ, ਮੈਂ ਲੱਗੀ ਵੀ ਦੇਖੀ ਸਪਲੈਂਡਰਾਂ ਦੇ, ਹੈ ਨਾ, ਥੱਲੇ, ਹੈ ਨਾ, ਇਹਦੇ ਘੈਂਟ ਲੱਗੂਗੀ, ਬਹੁਤ ਜ਼ਿਆਦਾ ਵੱਡੀ ਹੋ ਜੂ ਨਾ, ਉਹ 5 ਵਾਲੀ ਆ, 4 ਵਾਲੀ ਤਾਂ ਠੀਕ ਲੱਗੂਗੀ, ਚਲੋ ਬਾਕੀ ਦੇਖ ਲਾਂਗੇ, ਹੈ ਨਾ, ਕਿਵੇਂ ਬਣਦਾ। ਅਤੇ ਚਲੋ ਫਿਰ ਕਿਹੜਾ ਇਹਨਾਂ ਦੀ ਕਰਦੇ ਹਾਂ ਸਾਫ਼ ਸਫਾਈ ਲਾਈਟਾਂ ਦੀ, ਫਿਰ ਇਹਨਾਂ ਨੂੰ ਫਿੱਟ ਕਰਦੇ ਹਾਂ, ਫਿਰ ਬਣਾਉਂਦੇ ਹਾਂ ਗੱਲਬਾਤ, ਥੱਲੇ ਰੈੱਡ, ਥੱਲੇ ਯੈਲੋ ਤਾਂ ਐਂਡ ਗ੍ਰੀਨ ਕਰ ਦਿੰਦੇ ਹਾਂ ਸਾਰੇ ਟਰੈਕਟਰ ਦੇ। ਲਓ ਵੀ ਮਿੱਤਰੋ, ਕੰਮ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੈਗਾ, ਇੰਨਾ ਹੋ ਗਿਆ ਕੰਮ ਅਤੇ ਇੰਨਾ ਰਹਿ ਗਿਆ, ਤੁਸੀਂ ਆਪ ਹੀ ਦੇਖ ਲਓ, ਆ ਸਾਰਿਆਂ ਦੇ ਮਗਰੋਂ ਟੇਪ ਲਾ ਕੇ, ਹੈ ਨਾ, ਅਤੇ ਇਹਨਾਂ ਦੇ ਆਹ ਟੇਪਿੰਗ ਕਰਤੀ ਦੇਖ ਲਓ ਤੁਸੀਂ, ਟੇਪ ਇਹਨਾਂ ਦੇ ਸਾਰਿਆਂ 'ਤੇ ਲਪੇਟ ਰਿਹਾ ਮੈਂ, ਅਤੇ ਇਹਨਾਂ 'ਤੇ ਵੀ ਕਰ ਦੇਣੀ ਆ, ਅਤੇ ਨਾਲੇ ਇਹ ਵਾਈਟ ਬੁਰੀ ਲੱਗਦੀ, ਮਤਲਬ ਹੁਣ ਬਲੈਕ ਹੋ ਗਈ, ਅਤੇ ਬਾਕੀ ਇਹਦੇ ਨਾਲ ਸੇਫਟੀ ਰਹਿੰਦੀ ਆ, ਤਾਰ ਛੇਤੀ ਖਰਾਬ ਨਹੀਂ ਹੁੰਦੀ, ਗਰਮ ਨਹੀਂ ਹੁੰਦੀ ਅਤੇ ਟੁੱਟਦੀ ਨਹੀਂ, ਹੈ ਨਾ, ਜੋੜ ਜੂੜ ਨਹੀਂ ਉਹ ਹੁੰਦਾ। ਅਤੇ ਆਹ ਹੋ ਗਿਆ, ਅਤੇ ਹੁਣ ਇਹਨਾਂ 'ਤੇ ਵੀ ਟੇਪਿੰਗ ਕਰਨੀ ਆ ਸਾਰਿਆਂ 'ਤੇ, ਆਹ ਸਮਾਗਰੀ ਪਈ ਹੈ ਇੰਨੀ ਹਜੇ, ਇਹ 'ਤੇ ਵੀ ਕਰਨੀ ਆ ਸਾਰੀ 'ਤੇ ਟੇਪ। ਲਓ ਜੀ, ਰਾਤ ਹਨੇਰਾ ਹੋ ਗਿਆ ਸੀਗਾ, ਬਾਕੀ ਸਾਰਿਆਂ 'ਤੇ ਟੇਪਿੰਗ ਵਗੈਰਾ ਹੋ ਗਈ ਹੈਗੀ, ਅਤੇ ਫਿੱਟ ਨੂੰ ਹੁਣ ਆਪਾਂ ਆ ਕੇ ਕਰਾਂਗੇ, ਮੈਨੂੰ ਪੈ ਗਿਆ ਜੀ ਕੋਈ ਜ਼ਰੂਰੀ ਕੰਮ, ਅਤੇ ਹੁਣ ਆਪਾਂ ਜਾਣਾ ਪੈਣਾ। ਚਲੋ ਫਿਰ ਆਪਾਂ ਚੱਲਦੇ ਹਾਂ, ਚੱਕਦੇ ਹਾਂ ਗੱਡੀ i20 ਅਤੇ ਕੰਮ ਕਰਕੇ ਆਉਣਾ ਇੱਕ ਕੰਪਲੀਟ, ਫਿਰ ਆ ਕੇ ਫਿੱਟ ਕਰਾਂਗੇ ਉਹਨਾਂ ਲਾਈਟਾਂ ਨੂੰ। ਅਤੇ ਮਿੱਤਰੋ, ਆਪਾਂ ਨੂੰ ਜ਼ਰੂਰੀ ਕੰਮ ਪੈ ਗਿਆ ਸੀਗਾ, ਅਤੇ ਉਸ ਕਰਕੇ ਜਾਣਾ ਪਿਆ ਸੀਗਾ, ਅਤੇ ਹੁਣ ਮੈਂ ਸੀਗਾ ਜੀ ਇੱਧਰ ਅਮਰਗੜ੍ਹ, ਇੱਥੇ ਹੈਗਾ ਆਪਣੇ ਮਾਮੇ ਦਾ ਪਿੰਡ, ਅਤੇ ਤੁਹਾਨੂੰ ਮੈਂ ਉੱਥੇ ਜਾਣਾ, ਅਤੇ ਉੱਥੇ ਜਾ ਕੇ ਮਿਲਾਉਣਾ ਗਾ, ਹੈ ਨਾ, ਅਤੇ ਮਾਮੇ ਨਾਲ, ਅਤੇ ਬਾਕੀ ਚਲੋ ਚੱਲਦੇ ਹਾਂ ਚਾਹੁੰਦੇ ਪਿੰਡ ਮੇਰੇ ਨਾਨਕੇ। ਆਓ ਜੀ ਮਿੱਤਰੋ, ਕਹਿੰਦੇ ਪਹੁੰਚ ਗਏ, ਕਹਿੰਦੇ ਕਿੱਥੇ ਪਹੁੰਚ ਗਏ, ਕਹਿੰਦੇ ਮਾਮੇ ਪਿੰਡ ਪਹੁੰਚ ਗਏ। ਲਓ ਜੀ, ਆਏ ਸੀਗੇ ਆਪਾਂ RP300 ਬਲੌਗਸ ਕੋਲ, ਦੇਖੋ ਤੁਸੀਂ ਬੱਗਾ ਸ਼ੇਰ, ਦੇਖੋ ਜੱਚਦਾ ਨਾ,
ਬਾਕੀ ਹਾਰਨਾਂ 'ਚ ਲਾਈਟਾਂ ਰੈੱਡ ਕਲਰ ਦੀਆਂ ਕਿਉਂ ਮੇਰੇ ਵੀਡੀਓ ਸਰਾ ਉਹ ਦੂਰੋਂ ਐਂ ਲੱਗਦਾ ਗਾ ਵੀ ਹੈ ਨਾ ਹਾਰਨਾਂ 'ਚ ਜਿੱਦਾਂ ਕੋਈ ਟੇਪ ਟੂਪ ਕਰਾਈ ਹੁੰਦੀ ਆ ਤਾਂ ਸੋਹਣੇ ਲੱਗਦੇ ਨਾ ਐਂ ਲੱਗਦਾ ਜਿਵੇਂ ਦਿਨੇ ਵੀ ਲਾਈਟ ਚੱਲਦੀ ਹੁੰਦੀ ਆ ਬਾਕੀ ਉਹ ਸ਼ੀਸ਼ਾ ਟੁੱਟਿਆ ਹੋਇਆ ਸ਼ਾਇਦ ਟੁੱਟਿਆ ਨਹੀਂ ਹੋਇਆ ਹਾਂ ਟੁੱਟਿਆ ਹੋਇਆ ਗਾ ਇੱਥੇ ਟੁੱਟਿਆ ਹੋਇਆ ਲਾਈਟ ਮੈਂ ਲੱਗਦਾ ਇਧਰਲੀ 'ਚ ਪ੍ਰੋਜੈਕਟਰ ਪਿਆ ਹੋਇਆ ਇਧਰਲੀ ਸ਼ਾਇਦ ਖੁੱਲ੍ਹੀ ਨਹੀਂ ਸੀਗੀ ਤਾਂ ਕਰਕੇ ਟੁੱਟ ਗਈ ਸੀ ਲਾਈਟ ਬੱਗਾ ਸ਼ੇਰ ਰੱਖੀ ਹੈ ਬਾਕੀ ਉਹ ਬੁਲਟ ਖੜਾ ਬੁਲਟ ਦੇ ਵੀ ਉਦਣ ਗੇੜੀ ਦਿੱਤੀ ਸੀ ਜਿਹਨੇ ਉਹ ਪੁਰਾਣੇ ਵਲੌਗ ਨਹੀਂ ਦੇਖੇ ਜਾ ਕੇ ਜ਼ਰੂਰ ਦੇਖਿਓ ਨਾ ਆਪਣੇ ਬਾਕੀ ਆਹ ਕਹਿੰਦੇ ਮੂਸੇ ਵਾਲਾ ਦੇਖ ਲਓ ਤੁਸੀਂ ਹੋਲੈਂਡ ਦੇ ਲੋਗੋ 'ਤੇ ਬਾਈ ਦੀ ਫੋਟੋ ਲੱਗੀ ਹੋਈ ਆ ਮੂਸੇ ਵਾਲੇ ਦੀ ਇਹ ਹੁਣ ਨਿਕਲ ਜਾਈ ਹੈ ਮੈਂ ਦੇਖੀ ਨਹੀਂ ਯਾਰ ਮੈਂ ਦੇਖੀ ਨਹੀਂ ਕਦੇ ਚੈੱਕਆਊਟ ਨਹੀਂ ਕਰੀ ਹੈਗੀ ਉਹਦੇ 'ਤੇ ਉੱਪਰ ਹੋਟ ਦੇ ਉੱਪਰ ਉਹ ਮਾਊਸ ਲਾਈਟਾਂ ਲਾ ਤੀਆਂ ਹਾਂ ਉਹਦੀ ਵੀਡੀਓ ਪਾਉਣੀ ਆ ਜੀ ਪਾਤੀ ਓਕੇ ਠੀਕ ਆ ਉਹ ਰੈੱਡ ਬਲੂ ਲਾਈਟ ਲੱਗੀ ਹੋਈ ਆ ਮੈਂ ਤਾਂ ਜੀ ਪਹਿਲੀ ਵਾਰ ਦੇਖ ਰਿਹਾ ਗਾ ਅਤੇ ਮਤਲਬ ਵਲੌਗ 'ਚ ਤਾਂ ਚਲੋ ਦੇਖਦੇ ਹਾਂ ਮਤਲਬ ਉੱਦਾਂ ਕਾਫੀ ਟਾਈਮ ਬਾਅਦ ਆਇਆ ਗਾ ਤਾਂ ਕਰਕੇ ਅਤੇ ਆਹ ਜਿੱਦਾਂ ਲੱਗਿਆ ਹੋਇਆ ਗਾ ਪਿਸਟਲ ਘੈਂਟ ਲੱਗਦਾ ਗਾ ਬਾਕੀ ਸਲਾਂਸਰ ਦੇਖ ਲਓ ਤੁਸੀਂ ਅਤੇ ਆਰ ਪੀ ਚਾਬੀ ਕਿੱਥੇ ਹੈ ਜੀ ਚਾਬੀ ਨਹੀਂ ਇਹ ਸੈਲਫ ਮਾਰ ਕੇ ਦੇਖੀਏ ਅਤੇ ਬਾਕੀ ਤਾਂ ਸੇਮ ਹੀ ਆ ਟਾਇਰ ਤਾਂ ਆਪਣੇ ਵਾਲ ਦਾ ਦੀ ਨੇ ਐੱਮ ਆਰ ਐੱਲ ਕੰਪਨੀ ਦੇ ਨੇ ਨਾ ਐੱਮ ਆਰ ਐੱਲ ਦੀ ਨੇ ਅਤੇ ਬਾਕੀ ਹਾਂ ਲੱਗਿਆ ਮਾਈਕ ਯਾਰ ਮੈਂ ਲਾਇਆ ਸੀਗਾ ਉਹ ਮੇਰੇ ਵੱਲ ਤਾਂ ਲੈ ਵੀ ਗਿਆ ਮੈਂ ਕੁਛ ਹੋਰ ਲਾਇਆ ਸੀਗਾ ਉਹ ਊਂ ਟੁੱਟ ਕੇ ਲੈ ਗਿਆ ਫਿਰ ਮੈਂ ਲਾ ਕੇ ਰੱਖਤਾ ਜਿਹੜੀ ਨਾਲ ਮਿਲਦੀ ਹੈਗੀ 3M ਉਹੀ ਲਾਈ ਹੋਈ ਆ ਜਾਂ ਕੋਈ ਹੋਰ ਲਾਈ ਆ ਅੱਛਾ ਉਹੀ ਆ ਉਹਦੇ ਨਾਲ ਵਧੀਆ ਚਿਪਕਦੀ ਆ ਮਤਲਬ 3M ਨਾਲ ਸਹੀ ਨਹੀਂ ਲੱਗਦੀ ਠੀਕ ਆ ਰੈੱਡ ਬਲੂ ਲਾਈਟ ਪਹਿਲਾਂ ਇਹ ਬਹੁਤ ਥਾਵੇਂ ਫਿੱਟ ਕੀਤੀ ਉਰੇ ਉਰੇ ਹੈ ਨਾ ਹੁਣ ਪੱਕੀ ਫਿੱਟ ਹੋ ਗਈ ਹੈ ਹੁਣ ਇਹ 3M ਨਾਲ ਹੀ ਲੱਗੀ ਹੋਈ ਆ ਪਰ ਵਧੀਆ ਤਰੀਕੇ ਨਾਲ ਲੱਗੀ ਹੋਈ ਆ ਅਤੇ ਆ ਮੂੰਹ ਵਾਲਾ ਸਟੀਅਰਿੰਗ ਆ ਸਟੀਅਰਿੰਗ ਬੜਾ ਉਹ ਹੈ ਨਾ ਛੋਟਾ ਜਿਹਾ ਇੱਕ ਮਿੰਟ ਉੱਤੇ ਬਹਿੰਦੇ ਆਪਾਂ ਦੇਖੋ ਸਟੀਅਰਿੰਗ ਛੋਟਾ ਜਿਹਾ ਮਿੱਤਰੋ ਘੈਂਟ ਲੱਗਦਾ ਗਾ ਅੱਛਾ ਸੁੱਚ ਵੀ ਹੈ ਚੱਲਦੀ ਹੈ ਸੁੱਚ ਹਾਰਨ ਵਾਲੀ ਜਿਹੜੀ ਵਿਚਾਲੇ ਦਿੱਤੀ ਹੋਈ ਅੱਛਾ ਚੱਲਦੀ ਕੀਤੀ ਨਹੀਂ ਜਾਣੀ ਕਿ ਹੁਣ ਹਾਰਨ ਚੱਲਦੇ ਲਾਈਟ ਲਾਉਣ ਤੋਂ ਬਾਅਦ ਲਾਈਟ ਲਾਉਣ ਤੋਂ ਬਾਅਦ ਚੱਲਦੇ ਨੇ ਨਹੀਂ ਇੱਕ ਮਿੰਟ ਮੈਂ ਦੱਸ ਦਾਂਗਾ ਵੀ ਜਿੱਦਾਂ ਹੁਣ ਉਹ ਲਾਈਟਾਂ ਲਾਤੀਆਂ ਆਪਾਂ ਹਾਰਨਾਂ 'ਚ ਹੈ ਨਾ ਅਤੇ ਉਹ ਮਤਲਬ ਹੁਣ ਹਾਰਨ ਚੱਲਦੇ ਆ ਚੱਲਦੇ ਨਹੀਂ ਹੁਣ ਠੀਕ ਆ ਓਕੇ ਹੁਣ ਹਾਰਨ ਆਹ ਦੱਬੇ ਤੋਂ ਕਿਹੜਾ ਹਾਰਨ ਚੱਲਦਾ ਅੱਛਾ ਐਂ ਆਵਾਜ਼ ਕਰਦੇ ਆ ਹਾਰਨ ਰੂਟਸ ਆਵਾਜ਼ ਦੇਖੋ ਕਿਵੇਂ ਕਰਦਾ ਲਾਈਟ ਲਾਉਣ ਤੋਂ ਬਾਅਦ ਹੋਰ ਹੀ ਆਵਾਜ਼ ਕਰਨ ਲੱਗ ਗਏ ਨਾ ਇੱਕ ਮਿੰਟ ਤੂੰ ਦੱਬੀ ਮੈਂ ਮਾੜਾ ਜਿਹਾ ਦਿਖਾ ਦਾਂ ਅਤੇ ਹੈ ਨਾ ਜਿੱਦਾਂ ਵਿੱਚ ਇਹਦੇ ਪਤਾਸਾ ਲਾਈਟ ਧੱਗੀਆਂ ਹੋਈਆਂ ਨੇ ਤਿੰਨ ਤਿੰਨ ਅੱਛਾ ਇਹ 'ਚ ਤਿੰਨ ਤਿੰਨ ਲਾਈਟਾਂ ਲਾਤੀਆਂ ਪਤਾਸਾ ਲਾਈਟ ਲਾਤੀ ਆਪਾਂ ਮਾੜੀ ਲਾਈਟਾਂ ਚਲਾ ਸਕਦੇ ਆਪਾਂ ਚਲਾਈ ਰੂਟਸ ਵਾਲੀਆਂ ਲਾਈਟਾਂ ਯਾਰ ਰੂਟਸ ਵਾਲੀ ਸੁੱਚ ਨੀ ਪਤਾ ਨਾ ਚੱਲੀਆਂ ਨੀ ਨਾ ਚੱਲੀਆਂ ਨੀ ਨਾ ਇਹ ਤਾਂ ਉੱਪਰਲੀ ਤੋਂ ਥੱਲੇ ਵਾਲੀ ਤੋਂ ਚੱਲੂਗੀ ਆਰਪੀ ਤੈਨੂੰ ਯਾਰ ਆਪਦੇ ਟਰੈਕਟਰ ਤਾਂ ਹੀ ਨਹੀਂ ਪਤਾ ਜਾ ਯਾਰ ਇੱਕ ਮਿੰਟ ਸੁੱਚਾਂ ਲੱਭ ਇੱਥੇ ਕਿਤੇ ਹੋਊਗੀ ਯਾਰ ਲੱਗੀ ਹੋਈ ਕਿੱਥੇ ਨਾ ਰੂਟਸ ਵਾਲੀਆਂ ਨਹੀਂ ਚੱਲੀਆਂ ਹੈਗੀਆਂ ਆਹ ਚੱਲ ਪਿਆ ਪ੍ਰੋਜੈਕਟਰ ਚੱਲ ਪਿਆ ਸੀਗਾ ਆ ਸੀ ਕਿੱਥੇ ਆ ਦੇਖੋ ਕਿੱਥੇ ਆ ਨੀਚੇ ਸੋਚ ਲੱਗੀ ਹੋਈ ਆ ਉਹ ਦੇਖੋ ਦਗਾਈ ਚਲਾਈ ਚੱਲ ਪਈ ਹੁਣ ਦੇਖਦੇ ਆ ਉਹ ਚੱਲ ਪਈ ਜੀ ਲਾਈਟਾਂ ਦੇਖੋ ਕੀ ਬਾਤ ਹੈ ਉਹ ਦੋ ਚੱਲਦੀਆਂ ਨਹੀਂ ਆ
ਖੜ ਗਈਆਂ ਖੜ ਗਈਆਂ ਆ ਦੋ ਚੱਲਦੀਆਂ ਨੇ ਤੇ ਆ ਦੋ ਖੜ ਗਈਆਂ ਸ਼ਾਇਦ ਆ ਦੇਖੋ ਤੁਸੀਂ ਰੈਡ ਡਬਲਯੂ ਸਵਿਚ ਹਿੱਲ ਗਿਆ ਮਤਲਬ ਸਵਿਚ ਹਿੱਲ ਗਿਆ ਕੁਝ ਤਾਂ ਹਿੱਲ ਗਿਆ ਨਹੀਂ ਤਾਰ ਹਿੱਲ ਗਈ ਲਾਦਾ ਦੇਖ ਤਾਰ ਨਿਕਲੀ ਬਈ ਆ ਜੋੜ ਆ ਦੇ ਤਾਰ ਨਿਕਲ ਗਈ ਇਹਦੇ ਚ ਤਾਰ ਨਿਕਲ ਗਈ ਇਹਦੇ ਵੀ ਨਿਕਲ ਗਿਆ ਰੂਟਸ ਵੀ ਆਹ ਬੰਦ ਜੇ ਕਰੇ ਹੋਈ ਆ ਇੱਕ ਤਰ੍ਹਾਂ ਦੇ ਹਨਾ ਤੇ ਦੇਖੋ ਤੁਸੀਂ ਬਾਕੀ ਮਤਲਬ ਚੈੱਕ ਆਊਟ ਕਰੋ ਟ੍ਰੇਨ ਹੌਨ ਨੇ ਚਲਾਇਆ ਸੀਗਾ ਫੁੱਲ ਹਵਾ ਛੱਡਦੀ ਆ ਦੇ ਤਾਰਾਂ ਹਿਲਦੀਆਂ ਨੇ ਇਹਦੀ ਵੀ ਤਾਰ ਹੀ ਹਿਲਦੀ ਹੋਣੀ ਆ ਚਲਾ ਇਹਦਾ ਤਾਰ ਹੀ ਲੱਗ ਗਿਆ ਹਵਾ ਲੱਗ ਗਿਆ ਜਿਹੜੀਆਂ ਆ ਲੱਗੀਆਂ ਨੇ ਡੇ ਆ ਕੀ ਹੋਈ ਜਾਂਦਾ ਤੇਰੀ ਧੂਆਂ ਨਿਕਲਿਆ ਆ ਬੰਦ ਕਰੀ ਲਾਈਟਾਂ ਬੰਦ ਕਰ ਦਾ ਤਾਰਾਂ ਜੁੜੀ ਜਾਂਦੀਆਂ ਇਹਦੀਆਂ ਥੋੜਾ ਧੂਆਂ ਜੋੜ ਨਹੀਂ ਸਹੀ ਲੱਗਿਆ ਹੈ ਨਾ ਸੈੱਟ ਕਰਨ ਵਾਲਾ ਓਏ ਉਹ ਤਾਂ ਹੋ ਗਈਆਂ ਇਹ ਤਾਰਾਂ ਵਿਚਦੀ ਕੱਢੀਆਂ ਹੋਈਆਂ ਨਾ ਉਹ ਜਦੋਂ ਆ ਪੇਚ ਕਸੇ ਹੋਣਗੇ ਉਹਦੇ ਕਰਕੇ ਉਹ ਟਾਇਟ ਹੋ ਕੇ ਤਾਰਾਂ ਜੁੜੀ ਗਈਆਂ ਹੈ ਨਾ ਉਹਨਾਂ ਤਾਰਾਂ ਲਾ ਸੈੱਟ ਕਰਕੇ ਭਾਈ ਹੋਰ ਦਿਖਾ ਆਪ ਕੁਛ ਕੀ ਕੀ ਨਵਾਂ ਕੀਤਾ ਗਿਆ ਇੱਕ ਤਾਂ ਬਾਰ ਲਾਈਟ ਲੱਗੀ ਹੋਈ ਆ ਇੱਕ ਤਾਂ ਬਾਰ ਲਾਈਟ ਹੈ ਉਹ ਉੱਪਰ ਉਹ ਲੱਗਿਆ ਹੋਇਆ ਉਹ ਲਾਤੀ ਉਹ ਵੀ ਕੈਮ ਲਾਦੀ ਆ ਹੋਰ ਮਾਊਸ ਲਾਈਟਾਂ ਵੀ ਘੈਂਟ ਲਾਦੀਆਂ ਨਾ ਸੈਲਫ ਮਾਰ ਕੇ ਦੇਖੀ ਮੜਾ ਆ ਚੱਲਦਾ ਨਹੀਂ ਕੀਤਾ ਯਾਰ ਆਹ ਆ ਇਹ ਚੱਲਦਾ ਕਰਨਾ ਸੀਗਾ ਇੱਕ ਦਿਨ ਚਲਾ ਕੇ ਦੇਖਿਆ ਸੀਗਾ ਵਲੌਗ ਦੇਖ ਲਿਓ ਹਾਂ ਹਾਂ ਉਹ ਜਿਹੜੀ ਜਿਹਦੇ ਨਾਲ ਆਪਾਂ ਟਹਿਣਾ ਚ ਨਹੀਂ ਹਵਾ ਭਰਦੇ ਹਾਂ 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 ਉਹ ਛੱਡਤੀ ਫੁੱਲ ਹਵਾ ਜਿਵੇਂ ਕਿ ਨਾਰਮਲੀ ਟਾਇਰ ਭਰਦੇ ਹਾਂ ਹਾਂ ਅੱਛਾ ਵਿੱਚ ਫੁੱਲ ਹਵਾ ਛੱਡਤੀ ਠੀਕ ਹੈ ਇਹ ਕੰਨ ਸਾਨੂੰ ਉਰੋਂ ਦੀ ਉੱਥੋਂ ਲੈ ਕੇ ਉਰੋਂ ਤੱਕ ਸਮੇ ਅੱਛਾ ਅੰਨੀਆਂ ਲਵਾਸ ਸੀਗੀ ਠੀਕ ਹੈ ਬਾਕੀ ਆ ਤਾਂ ਪੁਰਾਣੀ ਛਪਾਇਆ ਹੋਇਆਗਾ ਹਨਾ ਬਾਕੀ ਬੂਫਰਾਂ ਉੱਤੇ ਤੇ ਬਾਕੀ ਓਲਡ ਮਾਡਲ ਬੁਲਟ ਖੜਾ ਜੀ ਪੁੱਠੇ ਗਿਰਾਂ ਵਾਲਾ ਹਨਾ ਦੇਖੋ ਇਹ ਤਾਂ ਖਰਾਬ ਹੋ ਗਿਆ ਸੀਗਾ ਜਦ ਇਹ ਲਿਆ ਸੀਗਾ ਨਾ ਹਾਂ ਇਹ ਦੋ ਸਾਲ ਧੁੰਦ 'ਚ ਖੜਾ ਰਹਿ ਗਿਆ ਇਸ ਕਰ ਅੱਛਾ ਪਤਾ ਹੀ ਹੁੰਦਾ ਵੀ ਧੁੰਦ ਕੀ ਕਰ ਦਿੰਦੀ ਆ ਹਾਂ ਵੀ ਇਹ ਹੁਣ ਖਰਾਬ ਹੋਇਆ ਹੁਣ ਚੱਲਦਾ ਨਹੀਂ ਗਾ ਇਹ ਚੱਲਦਾ ਬੰਦ ਪਰ ਕੁਝ ਹੁੰਦਾ ਨਹੀਂ ਇਹ ਪੁਰਾਣੇ ਰੂਟਸ ਜਿਵੇਂ ਆ ਬੈਟਰੀ ਖੋਲ ਕੇ ਰੱਖੀ ਹੋਈ ਆ ਰੂਟਸ ਪਤਾ ਨਹੀਂ ਰੂਟਸ ਨੇ ਕਿ ਪਤਾ ਨਹੀਂ ਕਿਹੜੇ ਨੇ ਪੁਰਾਣੇ ਨੇ ਕਿ ਹਾਂ ਬਾਕੀ ਉਹ ਸਵਰਾਜ ਦੇ ਵੀ ਲੱਗਿਆ ਹੋਇਆ 2009 ਦੇ ਰੂਟਸ ਅੱਛਾ ਨਹੀਂ ਲੱਗਦਾ ਤੁਸੀਂ ਬੱਗਾ ਸ਼ੇਰ ਤਾਂ ਦੇਖ ਲਿਆ ਕੈਮ ਆ ਪੂਰਾ ਸੈਲਫ ਮਾਰ ਕੇ ਦਿਖਾਈਏ ਇੱਕ ਵਾਰ ਆਵਾਜ਼ ਵੀ ਸੁਣਾਉਂਦੇ ਹਾਂ ਤੁਹਾਨੂੰ ਕਿਵੇਂ ਕਿਵੇਂ ਆਵਾਜ਼ ਇਹਦੀ ਕਿਵੇਂ ਆ ਆਵਾਜ਼ ਨਾਲ ਲਾਈ ਕੰਨ ਪਾੜੂ ਆ ਕੰਨ ਪਾੜੂ ਆ ਮਾਰੇਗਾ ਸੈਲਫ ਤੁਸੀਂ ਮਾਰ ਦੇ ਚਲਾਇਆ ਨਹੀਂ ਕਦੇ ਨਾ ਚਲਾਇਆ ਤਾਂ ਹੈਗਾ ਇੱਕ ਆ ਜਾ ਕਰਾਂ ਫਿਰ ਸੈਲਫ ਮਾਰ ਹੈ ਨਿਊਟਰਲ ਕਰਕੇ ਚਲਾ ਨਾ ਨਾ ਨਿਊਟਰਲ ਕਰਕੇ ਹੀ ਕਰੂੰ ਸਟਾਰਟ ਤਾਂ ਕਿਵੇਂ ਕਰਨਾ ਪੈਣਾ ਸਟਾਰਟ ਹੱਥ ਰੱਖ ਕੇ ਕਹਿੰਦਾ ਹੱਥ ਰੱਖ ਕੇ ਸਟਾਰਟ ਹੋ ਹੁੰਦਾ ਨਹੀਂ ਬਾਈ ਸਟਾਰਟ ਮੈਨੂੰ ਲੱਗਦਾ ਬੈਟਰੀ ਡਾਊਨ ਆ ਨਾ ਚਲੋ ਫਿਰ ਕਿਸੇ ਦਿਨ ਦਿਖਾ ਦਾਂਗੇ ਹੁਣ ਤਾਂ ਸਟਾਰਟ ਨਹੀਂ ਹੋਇਆ ਇਹ ਕਿੱਦਾਂ ਹਾਂ 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 ਕੱਦੂ ਜਿਹਾ ਹੀ ਦੱਸਦਾ ਉਹਨੂੰ ਏਅਰ ਕੈਲੰਡਰ ਹੁੰਦਾ ਉਹ ਉਹਨੂੰ ਕੱਦੂ ਕੱਦੂ ਨਹੀਂ ਹੈਗਾ ਉਹ ਏਅਰ ਕੈਲੰਡਰ ਨੂੰ ਕੱਦੂ ਜੇ ਹਾਂ 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 ਫਿੱਟ ਆਇਆ ਨਹੀਂ ਉਹ ਫਿਰ ਉਹ ਫੋੜਦੇ ਆਉਂਦਾ ਨਾ ਇਹਦੇ ਸ਼ਾਇਦ ਹੀ ਫਿੱਟ ਆਵੇ ਬਾਕੀ ਤੁਸੀਂ ਚੈੱਕ ਕਰ ਸਕਦੇ ਹਾਂ ਮਿੱਤਰੋ ਅਤੇ ਆਹ ਦੇਖੋ ਤੁਸੀਂ ਹੈ ਨਾ ਸੈਲਫ ਮਾਰੀ ਸੀਗੀ ਚੱਕੀ ਨਹੀਂ ਗੀ ਇਹਨੇ ਮਤਲਬ ਬੈਟਰੀ ਡਾਊਨ ਲਾ ਦਿਆ ਦੇਖੋ ਹੱਥ ਰੱਖ ਲਾ ਉਹਦੇ 'ਤੇ ਯਾਰ ਨਾ ਨਾ ਹੱਥ ਰੱਖ ਰੱਖੀ ਰੱਖੀ ਦੱਬ ਕੇ ਬਚ ਗਿਆ ਬਚ ਗਿਆ ਫੋਨ ਮਿੱਤਰ ਹੁਣੀ ਹੁਣੀ ਫੋਨ ਡਿੱਗ ਪਿਆ ਸੀਗਾ ਬਚ ਗਿਆ ਟੁੱਟ ਗਿਆ ਸੀਗਾ ਬਚ ਗਿਆ ਉਰੇ ਡਿੱਗਿਆ ਖੁੱਚ ਕੇ ਹੈ ਅੱਛਾ ਕਿਹਦਾ ਫੋਨ ਟੁੱਟ ਗਿਆ ਸੀਗਾ ਟੁੱਟ ਗਿਆ ਹਾਂ ਕਹਿੰਦੇ ਮੇਰੇ ਵੀਰੇ ਕੌਣ ਆ ਗਿਆ ਮਾੜੇ ਨਾਮ ਲੈ ਕੇ ਦੱਸ ਦਿਓ ਜੀ ਕੌਣ ਆ ਗਿਆ ਹੁਣ ਦੱਸੋ ਹੋਰ ਸੁਣਾਓ ਫਿਰ ਰੁਮਾਲ ਲਈ ਹੋਈ ਸੀਗੀ ਓਕੇ ਬੜੇ ਗਰਮੀ ਗਰਮੀ ਹੋਏ ਹੋਗੇ ਗਰਮੀ ਬਾਹਲੀ ਆ ਨਾ ਅਸਲ ਵਿੱਚ ਬਹੁਤ ਜ਼ਿਆਦਾ ਗਰਮੀ ਆ ਤੇ ਬਾਕੀ ਅਸੀਂ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਹੋਇਆ ਹੀ ਨਹੀਂ ਗਾ ਇਹ ਪਾਸਵਰਡ ਲੱਗਿਆ ਹੋਇਆ ਪਾਸਵਰਡ ਲੱਗਿਆ ਹੋਇਆ
ਮਤਲਬ ਤੁਸੀਂ ਸਟਾਰਟ ਕਰ ਸਕਦੇ ਹੋ। ਹਾਂ ਮੈਂ ਸਟਾਰਟ ਕਰ ਰਿਹਾ। ਚਲੋ ਕਰੋ ਜੀ, ਉਹ ਤਾਂ ਮੈਨੂੰ ਪਤਾ, ਮੈਂ ਰੱਖਦਾ ਹੱਥ। ਚਲੋ ਮਾਰੇ ਮਾੜੀ ਸੈਲਫ। ਬੈਟਰੀ ਡਾਊਨ। ਹਾਂ ਬੈਟਰੀ ਡਾਊਨ ਆ, ਮੈਂ ਰੱਖਦਾ। ਚਲੋ ਮਾਰੋ ਕਰੋ ਸੈਲਫ। ਦੁਬਾਰੇ ਪੂਰਾ ਪ੍ਰੈਸ਼ਰ ਬਣਾਇਆ। ਠੀਕ ਆ ਠੀਕ ਆ। ਤੇ ਬੱਗਾ ਸ਼ੇਰ ਸਟਾਰਟ ਨਹੀਂ ਹੋਇਆ, ਬਾਕੀ ਕੋਈ ਨਾ ਫਿਰ ਕਿਸੇ ਦਿਨ ਆਵਾਂਗੇ, ਫਿਰ ਤੁਹਾਨੂੰ ਗੇੜਾ ਗੂੜਾ ਕੱਢ ਕੇ ਦਿਖਾਵਾਂਗੇ, ਹੈ ਨਾ ਜੀ। ਚੱਲੀਏ ਹੁਣ, ਅਸੀਂ ਜਾਈਏ, ਵਗ ਜਾਵੇ। ਲੈ ਇੱਧਰ ਖੜੀ ਆਪਣੀ i20 9898 ਮੇਰੇ ਵੀਡੀਓ, ਇਹਦਾ ਕਰਾਉਣਾ ਆਪਾਂ ਕੰਮ, ਹੈ ਨਾ, ਸਾਰੀ ਕਰਾਵਾਂਗੇ। ਮਤਲਬ ਥੋੜ੍ਹਾ ਟੇਪਿੰਗ ਟੂਪਿੰਗ ਦਾ ਕੰਮ, ਫਿਰ ਘੈਂਟ ਲੱਗੂਗੀ, ਹੈ ਨਾ, ਗੱਡੀ ਆਪਣੀ। ਬਾਕੀ ਮੌਸਮ ਅੱਜ ਫੁੱਲ ਘੈਂਟ ਆ, ਫੁੱਲ ਬਰਸਾਤ ਵਾਲਾ ਮੌਸਮ ਆਇਆ ਪਿਆ ਹੈਗਾ, ਮੀਂਹ ਪੈ ਜਾਵੇ ਬੜਾ ਸਵਾਦ ਆ ਜੀ। ਹੁਣ ਆਪਾਂ ਆਏ ਸੀਗੇ ਮੇਰੇ ਕੋਟਲੇ, ਆਪਣਾ ਜਿੱਥੇ ਸਕੂਟਰ ਖੜਾ ਪੇਂਟ ਹੋਣ ਦਿੱਤਾ ਹੋਇਆ। ਲਓ ਜੀ ਆਹ ਸੀਗਾ ਆਪਣਾ ਸਕੂਟਰ, ਸਿਰਾ ਕਰਾਈ ਜਾਂਦੇ ਹੈ ਪੂਰਾ, ਫਿਰ ਬਾਈ ਲੱਗੇ ਪਏ ਆ ਕੰਮ। ਕਿੰਨੇ ਕੁ ਦਿਨਾਂ 'ਚ ਦੇ ਦੋਗੇ ਜੀ? ਕੱਲ੍ਹ ਨੂੰ ਰੰਗ ਕਰਾਂਗੇ, ਪਰਸੋਂ ਤੱਕ ਮਿਲ ਜੂਗਾ। ਬਸ ਠੀਕ ਆ ਜੀ, ਫਿੱਟ ਆਪੇ ਹੀ ਕਰਾਂਗੇ, ਫਿੱਟ ਮਿਸਤਰੀ ਕਰੂਗਾ। ਫਿੱਟ ਮਿਸਤਰੀ ਕਰੂਗਾ, ਠੀਕ ਆ। ਓਕੇ, ਦੇਖੋ ਤੁਸੀਂ ਬਾਕੀ ਸਾਰੇ ਸਮਾਨ 'ਤੇ ਪ੍ਰਾਈਮਰ ਮਾਰਿਆ ਪਿਆ। ਓਕੇ ਆ, ਤੇ ਬਾਕੀ ਇੱਧਰ ਆ ਚੱਲੀ ਜਾਣਾ। ਹਾਂਜੀ ਹਾਂਜੀ, ਸ਼ੁਰੂ ਤੋਂ ਸ਼ੁਰੂ ਕਰਕੇ ਦਿੱਤਾ ਤੁਹਾਨੂੰ ਕੰਮ। ਠੀਕ ਆ ਜੀ, ਜਾਣੀ ਪਟੀਨ ਪਟਾਨ ਭਰ ਕੇ ਓਕੇ ਰਿਪੋਰਟ ਹੋ ਗਿਆ ਕੰਮ। ਜਦੋਂ ਗੱਡੀ ਤੁਹਾਨੂੰ ਦਵਾਂਗੇ ਨਾ, ਸ਼ੀਸ਼ਾ ਬਣਾ ਕੇ ਦਵਾਂਗੇ ਪੂਰਾ। ਬਾ ਠੀਕ ਆ ਜੀ, ਮਨ ਖੜੂਗਾ। ਫਿੱਟ ਕਰਨ ਤੋਂ ਬਾਅਦ ਲੈ ਕੇ ਆਈਏ ਦੁਬਾਰੇ ਜਾਂ ਬਸ ਉੱਥੇ? ਨਾ, ਲੋੜ ਹੀ ਨਹੀਂ ਫਿੱਟ ਕਰਨ ਤੋਂ ਬਾਅਦ, ਆ ਕੇ ਉਹ ਫੋਟੋ ਫੋਟੋ ਦੇ ਕੇ ਜਾਇਓ ਸਾਨੂੰ ਖਿਚਾ ਕੇ। ਠੀਕ ਆ ਠੀਕ ਆ ਜੀ, ਕੋਈ ਚੱਕਰ ਨਹੀਂ। ਓਕੇ, ਇਹ ਚੀਜ਼ ਆ ਕੇ ਜੇ ਆਪਾਂ ਇਹਦੇ ਮੂਹਰੇ ਟਾਇਰ ਉਹ ਪਾਉਣਾ ਦੂਜਾ, ਉਹ ਤਾਂ ਚਲੋ ਬਾਅਦ ਦੀ ਗੱਲ ਆ ਨਾ। ਕਿਵੇਂ ਦੂਸਰਾ ਜੀ? ਵੱਡਾ ਪਾਉਣਾ ਮੂਹਰੇ ਟਾਇਰ, ਚੌੜਾ। ਬਾਕੀ ਚਲੋ ਦੇਖ ਲਓ ਤੁਸੀਂ, ਬਾਈ ਕਹਿੰਦੇ ਪਰਸੋਂ ਤੱਕ ਪੇਂਟ ਹੋ ਕੇ ਮਿਲ ਜੂਗਾ ਤੁਹਾਨੂੰ। ਚਲੋ ਕਰਦੇ ਹਾਂ ਵੇਟ, ਹੈ ਨਾ। ਲਓ ਜੀ ਮਿੱਤਰੋ, ਸਕੂਟਰ ਆਪਾਂ ਦੇਖ ਲਿਆ ਹੋਇਆ, ਬਾਕੀ ਧੁੱਪ ਬਹੁਤ ਹੈ ਅਤੇ ਉਹ ਆਪਾਂ ਨੂੰ ਪਰਸੋਂ ਤੱਕ ਪੇਂਟ ਹੋ ਕੇ ਮਿਲ ਜੂਗਾ। ਚਲੋ ਚੱਲੀਏ, ਕਿਹਾ ਗੱਡੀ ਖੜੀ ਹੈ, ਗਾਣੇ ਗੁਣੇ ਚੱਲੀ ਜਾਂਦੇ ਵਿੱਚ। ਲਓ ਜੀ ਮਿੱਤਰੋ, ਅਤੇ ਹੁਣ ਚੱਲਦੇ ਹਾਂ ਘਰੇ, ਕਾਪੀਰਾਈਟ ਆ ਜੂਗਾ, ਬੰਦ ਹੋ ਜਾ। ਹਾਂ ਚਲੋ ਕਿਹਾ ਘਰੇ ਚੱਲ ਕੇ, ਅਤੇ ਮੈਂ ਕਹਿੰਦਾ ਅੱਜ ਦਾ ਵਲੋਗ ਆਪਾਂ ਉਡੀ ਐਂਡ ਕਰਦੇ ਹਾਂ। ਉਮੀਦ ਤੁਹਾਨੂੰ ਵਲੋਗ ਪਸੰਦ ਆਇਆ ਹੋਊਗਾ, ਅਤੇ ਬਾਕੀ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ। ਓਕੇ, ਬਾਏ ਬਾਏ।